ਜਾਣਾ ਸਕੂਲ ਦੀ ਅੱਜ ਜਿਹੜੇ ਅਸੀਂ ਸਵੇਰੇ ਆਏ ਹਾਂ ਅਤੇ ਇੰਨੀ ਫੋਗ ਇੰਨੀ ਧੁੰਦ ਪਈ ਹੋਈ ਹੈ ਵੀ ਮਤਲਬ ਕਿ 20 ਦੀ ਸਪੀਡ ਨਾਲ ਗੱਡੀ ਚੱਲਦੀ ਪਈ ਅੱਗੇ ਲੱਭਦਾ ਕੁਛ ਨਹੀਂ ਲਾਈਟਾਂ ਵੀ ਫੇਲ ਹੁੰਦੀਆਂ ਪਈਆਂ ਤਾਂ ਕਹਿਣ ਦਾ ਮਤਲਬ ਇਹ ਵੀ ਚਲੋ ਇਹ ਜਿੰਨੀ ਤੱਕ ਆਪਣੇ ਧੁੰਦ ਜ਼ਿਆਦਾ ਪੈਂਦੀ ਪਈ ਆ ਛੁੱਟੀਆਂ ਕੀਤੀਆਂ ਜਾਣ ਸਕੂਲਾਂ 'ਚ ਕਿਉਂਕਿ ਬੜਾ ਮੁਸ਼ਕਲ ਹੈ ਗੱਡੀਆਂ ਦਾ ਬਾਹਰ ਰੋਡ 'ਤੇ ਨਿਕਲਣਾ ਇੰਨਾ ਕਿ ਬੁਰਾ ਹਾਲ ਆ ਕੋਈ ਹਿਸਾਬ ਨਹੀਂ ਕੋਈ ਹਾਸਾ ਹੋ ਸਕਦਾ ਕਿਸੇ ਵੀ। 2 ਦਿਨ ਦੀ ਬਾਰਿਸ਼ ਤੋਂ ਬਾਅਦ ਅੱਜ ਇਹ ਕਾਫੀ ਕੋਹਰਾ ਪਿਆ, ਕੋਹਰਾ ਪੈਣ ਨਾਲ ਕਾਫੀ ਸਾਰੀਆਂ ਸਮੱਸਿਆਵਾਂ ਹੁੰਦੀਆਂ ਹੈ, ਰੋਡ 'ਤੇ ਚੱਲਣਾ ਡਰਾਈਵ ਕਰਨੀ ਕਾਫੀ ਮੁਸ਼ਕਲ ਹੈ, ਵਿਜੀਬਿਲਟੀ ਲਗਭਗ ਨਾ ਦੇ ਬਰਾਬਰ ਹੈ ਔਰ ਇਸ ਦੇ ਵਜ੍ਹਾ ਨਾਲ ਠੰਡ ਵੀ ਕਾਫੀ ਵੱਧ ਗਈ ਹੋਈ ਹੈ, ਇਸ ਕਰਕੇ ਸਕੂਲੀ ਬੱਚਿਆਂ ਨੂੰ ਵੀ ਸਵੇਰੇ ਕਾਫੀ ਦਿੱਕਤ ਹੋ ਰਹੀ ਸੀ।